ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਜੋ ਵੀਡੀਓ ਆ, ਇੱਕ ਪਬਲਿਕ ਇਨਫੋਰਮੇਸ਼ਨ ਵੀਡੀਓ ਆ ਜੋ ਵਰਲਡ ਸਿੱਖ ਪਾਰਲੀਮੈਂਟ ਤੋਂ ਬਣੀ ਆ। ਇਹ ਆਪਾਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਵਿਚਾਰ ਕਰਨੀ ਸੰਗਤਾਂ ਦੇ ਵਿੱਚ, ਪਰ ਖਾਸ ਕਰਕੇ ਪੰਜਾਬੀ ਦੇ ਵਿੱਚ, ਬਿਕੋਜ਼ ਅਸੀਂ ਚਾਹੁੰਦੇ ਹਾਂ ਜੋ ਸਾਡੇ ਬਜ਼ੁਰਗ ਆ ਉਹ ਸਮਝਣ ਜੋ ਹੋ ਰਿਹਾ ਆ। ਇਹ ਜੋ ਵੀਡੀਓ ਤੁਸੀਂ ਸ਼ੇਅਰ ਕਰੋ ਤਾਂ ਫਿਰ ਆਪਾਂ ਸਾਰਿਆਂ ਨੂੰ ਐਜੂਕੇਟ ਆਪਾਂ ਆਪਣੇ ਕਰ ਸਕਦੇ ਹਾਂ ਔਨ ਜੋ ਕਰੰਟ ਪਬਲਿਕ ਹੈਲਥ ਕ੍ਰਾਈਸਿਸ ਜੋ ਹੋ ਰਿਹਾ ਆ। ਬਹੁਤ ਸਾਰੀਆਂ ਸੰਗਤਾਂ ਨੇ ਨਿਊਜ਼ਾਂ 'ਤੇ ਪੜ੍ਹ ਰਹੇ ਆ ਕਰੋਨਾ ਵਾਇਰਸ ਬਾਰੇ, ਅਤੇ ਇਹਦਾ ਜੋ ਇੰਪੈਕਟ ਆ ਆਪਣੇ ਡੇਲੀ ਲਾਈਫ 'ਤੇ ਹੁਣ ਹੋ ਰਿਹਾ ਹੈ ਬਹੁਤ ਸਾਰੀ ਕੰਟਰੀਆਂ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਇਸ ਚੀਜ਼ ਨੂੰ ਡਿਸਮਿਸ ਨਾ ਕਰੀਏ, ਆਪਾਂ ਸੋਚੀਏ ਕਿ ਕੋਈ ਵੱਡੀ ਗੱਲ ਨਹੀਂ ਹੈਗੀ, ਕੋਈ ਆਮ ਫਲੂ ਹੀ ਆ। ਇਹ ਬਹੁਤ ਸਾਰਾ ਮਿਸਇਨਫੋਰਮੇਸ਼ਨ ਆ ਜੋ ਇੰਟਰਨੈਟ 'ਤੇ ਫੈਲ ਰਿਹਾ ਹੈ। ਅਸੀਂ ਜੋ ਹਿਊਮਨ ਰੇਸ ਆ, ਸਾਡੀ ਜੋ ਇਮਿਊਨਿਟੀ ਆ ਉਹ ਡਿਵੈਲਪ ਹੋਣੀ ਪੈਂਦੀ ਆ, ਅਤੇ ਕਾਮਨ ਫਲੂ ਦੇ ਨਾਲ ਉਹ ਡਿਵੈਲਪ ਹੋਈ ਆ, ਅਤੇ ਕਈਆਂ 'ਤੇ ਅਸਰ ਕਰਦਾ ਆ, ਕਈਆਂ 'ਤੇ ਨਹੀਂ ਅਸਰ ਕਰਦਾ। ਪਰ ਆਹ ਜੋ ਇੱਕ ਨਵਾਂ ਵਾਇਰਸ ਆ ਜਿਹਦੇ ਵਿੱਚ ਅਸੀਂ ਹੁਣ ਇਮਿਊਨਿਟੀ ਬਣਾਉਣੀ ਪੈਣੀ ਆ, ਸੋ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ, ਇਹਨੂੰ ਸੀਰੀਅਸਲੀ ਲਈ ਗਏ। ਬਹੁਤ ਸਾਰੀਆਂ ਜੋ ਆਪਾਂ ਸੰਗਤਾਂ ਆ ਸਾਡੇ 'ਤੇ ਕੋਈ ਖਾਸ ਅਸਰ ਨਹੀਂ ਹੋਣਾ, ਆਪਾਂ ਨੂੰ ਥੋੜ੍ਹੇ ਚਿਰ ਫਲੂ ਹੋਣਾ ਆ ਅਤੇ ਫਿਰ ਬਾਅਦ 'ਚ ਆਪਾਂ ਠੀਕ ਹੋ ਜਾਣਾ, ਬੱਚੇ ਵੀ ਠੀਕ ਹੋਣੇ ਆ, ਜੋ ਮਿਡਲ ਏਜ ਅਸੀਂ ਵੀ ਠੀਕ ਹੋ ਜਾਣਾ। ਪਰ ਖਾਸ ਕਰਕੇ ਇਹਦਾ ਜੋ ਅਸਰ ਹੋਣਾ ਆ ਜੋ ਸਾਡੇ ਬਜ਼ੁਰਗਾਂ ਦੇ ਉੱਤੇ ਹੋਣਾ ਆ, ਜਾਂ ਉਹਨਾਂ ਦੇ ਕੋਲ ਜਿਹਨਾਂ ਦੇ ਕੋਲ ਅੰਡਰਲਾਈਨ ਕੰਡੀਸ਼ਨਸ ਆ, ਸੱਚ ਐਸ ਐਸਮਾ, ਬਰੀਥਿੰਗ ਇਸ਼ੂਜ, ਲੰਗ ਇਸ਼ੂਜ, ਡਾਇਬੀਟੀਜ਼, ਜਾਂ ਹੋਰ ਕੋਈ ਵੀ ਇਸ਼ੂ ਆ ਜਿਹਦੇ ਨਾਲ ਉਹਨਾਂ ਦੀ ਇਮਿਊਨ ਸਿਸਟਮ ਘੱਟ ਆ। ਸੋ ਇਹ ਬਹੁਤ ਸੀਰੀਅਸ ਆ ਕਿ ਆਪਾਂ ਉਹ ਜਿਹੜੀਆਂ ਸੰਗਤਾਂ ਆ ਐਲਡਰਲੀ ਅਤੇ ਇੱਦਾਂ ਦੇ, ਉਹਨਾਂ ਦਾ ਆਪਾਂ ਮਦਦ ਕਰੀਏ ਕਿ ਉਹਨਾਂ ਨੂੰ ਇਹ ਚੀਜ਼ ਮਿਲੇ ਨਾ। ਕਈ ਕੰਟਰੀਆਂ ਦਾ ਅਪਰੋਚ ਆ ਕਿ ਉਹਨਾਂ ਨੇ ਲੋਕਡਾਊਨ ਕਰ ਰਹੇ ਆ। ਯੂਕੇ ਦਾ ਅਪਰੋਚ ਥੋੜ੍ਹਾ ਜਿਹਾ ਡਿਫਰੈਂਟ ਆ, ਜਿਹਦੇ ਵਿੱਚ ਉਹਨਾਂ ਨੂੰ ਹਰਡ ਇਮਿਊਨਿਟੀ ਕਹਿੰਦੇ ਆ। ਇਹ ਆਪਾਂ ਗਾਂਹ ਵੀਡੀਓ ਦੇ ਵਿੱਚ ਇਹਦਾ ਡਿਸਕਸ਼ਨ ਕਰੂੰਗੇ ਅਤੇ ਦੋ ਹੀ ਅਪਰੋਚਾਂ ਦਾ ਕੀ ਫਰਕ ਆ। ਪਰ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਆਪਣੇ ਘਰਾਂ ਦੇ ਵਿੱਚ ਬੱਚੇ ਅਤੇ ਅਸੀਂ ਜੋ ਫੈਮਿਲੀ ਦੇ ਮੈਂਬਰ ਆ ਅਤੇ ਸਾਡੇ ਬਜ਼ੁਰਗ ਆਪਣੇ ਆਪ ਨੂੰ ਐਜੂਕੇਟ ਕਰੀਏ ਇਨਫੈਕਸ਼ਨ ਕੰਟਰੋਲ ਦੇ ਵਿੱਚ, ਕਿ ਆਪਾਂ ਟ੍ਰਾਂਸਮਿਟ ਨਾ ਕਰੀਏ ਇਹ ਵਾਇਰਸ ਸਾਡੇ ਬਜ਼ੁਰਗਾਂ ਨੂੰ। ਇਸ ਲਈ ਪੋਸਟਰ ਬਹੁਤ ਸਾਰੇ ਬਣੇ ਆ ਫਰੋਮ ਦ ਵਰਲਡ ਸਿੱਖ ਪਾਰਲੀਮੈਂਟ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ, ਅਤੇ ਇੱਦਾਂ ਦੇ ਬਹੁਤ ਸਾਰੇ ਜੋ ਇਨਫੋਰਮੇਸ਼ਨ ਆ ਆਪਾਂ ਨੂੰ ਖਾਸ ਕਰਕੇ ਰੇਡੀਓ ਅਤੇ ਟੀ ਵੀ ਸ਼ੋਅ ਦੇ ਵਿੱਚ, ਸਿੱਖ ਮੀਡੀਆ ਦੇ ਵਿੱਚ ਇਹਨਾਂ 'ਤੇ ਡਿਸਕਸ਼ਨ ਹੋਣੀ ਚਾਹੀਦੀ ਆ। ਇਹ ਇੰਪੋਰਟੈਂਟ ਆ ਕਿ ਆਪਾਂ ਹੱਥ ਜੋ ਧੋਣ ਦਾ ਤਰੀਕਾ ਕਰੈਕਟ ਵਰਤੀਏ, ਅਤੇ ਤਕਰੀਬਨ 20 ਸੈਕਿੰਡਾਂ ਲਈ ਕਰਨਾ ਚਾਹੀਦਾ ਆ। ਯੂਕੇ ਦੇ NHS ਦੇ ਵਿੱਚ ਇਹਦੇ ਵਿੱਚ ਇੱਕ ਖਾਸ ਵੀਡੀਓ ਉਹਨਾਂ ਦੇ ਵਿੱਚ ਇੱਕ ਟੈਕਨੀਕ ਦਿਖਾ ਲਈ ਆ ਜਿਸ ਤਰ੍ਹਾਂ ਆਪਾਂ ਨੂੰ ਹੱਥ ਧੋਣੇ ਚਾਹੀਦੇ ਆ। ਸਾਰੇ ਗੁਰਦੁਆਰਿਆਂ ਦੇ ਵਿੱਚ ਜੋ ਟਾਵਲਸ ਆ ਉਹ ਰਿਪਲੇਸ ਹੋਣੇ ਚਾਹੀਦੇ ਆ, ਅਤੇ ਥਰੋ ਅਵੇ ਪੇਪਰ ਟਾਵਲਸ ਵਰਤਣੇ ਚਾਹੀਦੇ ਆ, ਅਤੇ ਹੋਰ ਬਹੁਤ ਸਾਰੇ ਮੈਜਰਸ ਆ ਜਿਹੜੇ ਗੁਰਦੁਆਰੇ ਟੇਕ ਕਰ ਸਕਦੇ ਆ। ਅਤੇ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਥਰੂ ਦ ਫਾਸਟਰਸ ਐਂਡ ਜੋ ਆਪਾਂ ਐਜੂਕੇਸ਼ਨਲ ਮੀਡੀਆ ਤਿਆਰ ਕਰ ਰਹੇ ਹਾਂ, ਤਾਂ ਫਿਰ ਗੁਰਦੁਆਰਿਆਂ ਦੇ ਕੋਲ ਵੀ ਗੁੱਡ ਇਨਫੋਰਮੇਸ਼ਨ ਹੋਵੇ ਕਿ ਕਿੱਦਾਂ ਆਪਾਂ ਅਗਲੇ 3-4 ਮਹੀਨਿਆਂ ਦੇ ਵਿੱਚ ਲੰਘਣਾ ਆ।